ਆਪਾਂ ਫਲੀਆਂ ਬਣਾ ਰਹੇ ਹਾਂ, ਫਲੀਆਂ ਇਹ ਆਪਾਂ ਕੱਟ ਰਹੇ ਹਾਂ ਅਤੇ ਇਹ ਚ ਆਪਾਂ ਪਾ ਰਹੇ ਹਾਂ ਕੱਟ ਕੱਟ ਕੇ। ਠੀਕ ਹੈ ਜੀ, ਅਤੇ ਅੱਜ ਮੈਂ ਦੱਸਿਆ ਕਿ ਫਲੀਆਂ ਕਿੱਦਾਂ ਬਣਾਈਆਂ ਸ਼ੋਰਟ ਟਾਈਮ ਦੇ ਵਿੱਚ ਹੀ, ਮੋਸਟਲੀ ਕਿ ਟਾਈਮ ਹੁੰਦਾ ਨਹੀਂ ਹੈਗਾ, ਅਤੇ ਫਿਰ ਆਪਾਂ ਜਲਦੀ ਜਲਦੀ ਵਿੱਚ ਉਹ ਚੀਜ਼ ਬਣੀ ਬਣਾ ਲੈਂਦੀ ਹੈ। ਅਤੇ ਇਹ ਰੈਸਪੀ ਵੀ ਮੈਨੂੰ ਜਿਹੜੀ ਹੈ ਭਾਵਨਾ ਨੇ ਸ਼ੇਅਰ ਕੀਤੀ ਸੀ, ਅਤੇ ਅੱਜ ਆਪਾਂ ਤੁਹਾਨੂੰ ਥੋੜ੍ਹੇ ਆਪਣੇ ਆਈਡੀਆ ਨਾਲ ਦੱਸਦੇ ਹਾਂ ਕਿ ਜਲਦੀ ਜਲਦੀ ਕਿੱਦਾਂ ਬਣਾਉਣਾ। ਸੋ ਜੁੜੇ ਰਹੋ ਮੇਰੇ ਨਾਲ। ਸੋ ਲਓ ਜੀ, ਆਪਾਂ ਨਾ ਪਿਆਜ਼ ਨੂੰ ਕ੍ਰਸ਼ ਕਰਕੇ ਨਾ ਅਤੇ ਮਿਰਚਾਂ ਨੂੰ ਕ੍ਰਸ਼ ਕਰਕੇ ਅਤੇ ਆਪਾਂ ਉਹਦੇ ਵਿੱਚ ਪਾ ਦਿੱਤਾ ਵਾ, ਉਹਨੂੰ ਆਪਾਂ ਹਲਕਾ ਜਿਹਾ ਫਰਾਈ ਕਰਨਾ ਅਤੇ ਬਣ ਜਾਏਗਾ, ਥੋੜ੍ਹਾ ਰੈੱਡ ਹੋਣ ਦੀ ਵੇਟ ਕਰ ਰਹੇ ਹਾਂ। ਅਤੇ ਇਸ ਤੋਂ ਬਾਅਦ ਆਪਾਂ ਵਿੱਚ ਪਾ ਲਾਂਗੇ ਜਿੰਜਰ ਐਂਡ ਗਾਰਲਿਕ ਦੀ ਥੋੜ੍ਹੀ ਪੇਸਟ। ਵੈਸੇ ਕੱਟਣ ਕਟਾਉਣ ਨਾਲੋਂ ਮੈਂ ਪਿਆਜ਼ ਹੀ ਲਿਆਉਂਦਾ ਸੀਗਾ, ਉਹ ਲੱਗਾ ਸੌਖਾ ਵਾ ਅਤੇ ਜਲਦੀ ਬਣ ਜਾਏਗਾ। ਬਸ ਰੈਡੀ ਆ, ਤੁਹਾਨੂੰ ਫਲੀਆਂ 'ਚ ਬਣਾ ਕੇ ਖਵਾ ਕੇ ਤੁਹਾਨੂੰ ਦੱਸਣਾ ਕਿ ਫਲੀਆਂ ਕਿੱਦਾਂ ਹੁੰਦੀਆਂ। ਠੀਕ ਹੈ ਜੀ, ਅਤੇ ਵਾਸ਼ ਕਰ ਚੁੱਕਾ ਮੈਂ ਫਲੀਆਂ ਆਲਰੇਡੀ, ਆਲਰੇਡੀ ਵਾਸ਼ ਆ, ਰੈਡੀ ਆ। ਬਸ ਹੁਣ ਆਪਾਂ ਮਸਾਲੇ ਪਾ ਕੇ ਅਤੇ ਮਿਕਸ ਕਰ ਬਣ ਜਾਏਗੀ ਸਬਜ਼ੀ। ਹਾਂਜੀ, ਗੁੱਡ ਮੋਰਨਿੰਗ, ਸਲਾਮ ਅਲੈਕਮ, ਨਮਸਤੇ ਅਤੇ ਸਤਿ ਸ਼੍ਰੀ ਅਕਾਲ। ਆਪਾਂ ਅੱਜ ਫਿਰ ਤੁਹਾਡੇ ਨਾਲ ਜੁੜ ਗਏ ਹਾਂ ਅਤੇ ਆਪਣੇ ਘਰ ਦੇ ਬਾਹਰ ਦਾ ਵਿਊ ਆ, ਜਿੱਥੇ ਮੈਂ ਨਵੀਂ ਜਗ੍ਹਾ ਸ਼ਿਫਟ ਹੋ ਗਿਆ ਵਾਂ। ਅਮਰੀਕਾ ਇਹਦਾ ਨਾਮ ਆ, ਇਹ ਮੇਰੇ ਘਰ ਦੀ ਬੈਕ ਸਾਈਡ ਆ। ਦੱਸਾਂਗਾ ਅਤੇ ਬਾਕੀ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਬਹੁਤ ਸਾਰੀਆਂ ਕਰਨੀਆਂ ਵਾ, ਰਾਤ ਜਾਂਦੇ ਹਾਂ ਕਰਦੇ ਹਾਂ। ਚਲੋ ਚੱਲਦੇ ਫਿਰ ਆਪਾਂ ਜਿੰਮ। ਇਹ ਫਰੂਟ ਆਪਣੇ ਕੋਲ ਅਤੇ ਜਿੰਮ ਤੋਂ ਪਹਿਲਾਂ ਆਪਾਂ ਇਹ ਲੈ ਲੈਂਦੇ ਹਾਂ ਅਤੇ ਕੋਸ਼ਿਸ਼ ਹੈਗਾ ਕਰੋ ਕਿ ਜਿਹੜੇ ਵਰਕਆਊਟ ਕਰਦੇ ਹੋ ਜਿੰਮ ਜਾਂਦੇ ਹੋ ਅਤੇ ਇੱਕ ਦੋ ਘੰਟੇ ਜਿੰਮ 'ਤੇ ਜ਼ਰੂਰ ਕੁਛ ਨਾ ਕੁਛ ਖਾਓ, ਫਰੂਟ ਖਾਓ। ਠੀਕ ਹੈ, ਖਾਲੀ ਪੇਟ ਕਦੇ ਵੀ ਮੋਸਟਲੀ ਕੋਸ਼ਿਸ਼ ਕਰੋ ਕਿ ਖਾਲੀ ਪੇਟ ਜਿੰਮ ਨਾ ਜਾਓ, ਕੁਛ ਨਾ ਕੁਛ ਚੰਗਾ ਬਹੁਤ ਜੋ ਵੀ ਤੁਹਾਨੂੰ ਚੰਗਾ ਲੱਗਦਾ। ਬਣਾਉਣਾ ਬਹੁਤ ਵਧੀਆ ਚੀਜ਼ ਹੈ ਅਤੇ ਬਣਾਉਣਾ ਖਾਣ ਨਾਲ ਬਹੁਤ ਜਲਦੀ ਬੋਡੀ ਜਿਹੜੀ ਹੈ ਉਹ ਐਨਰਜੈਟਿਕ ਫੀਲ ਕਰਦੀ ਹੈ। ਲਓ ਜੀ, ਆਪਾਂ ਆਪਣੇ ਰੂਮ ਤੋਂ ਥੱਲੇ ਆ ਗਏ ਹਾਂ, ਬਿਲਡਿੰਗ ਤੋਂ ਥੱਲੇ ਆ ਚੁੱਕੇ ਹਾਂ, ਹੁਣ ਆਪਾਂ ਜਿੰਮ ਜਾ ਰਹੇ ਹਾਂ। ਅੱਜ ਆਪਾਂ ਗੱਲਾਂ ਕਰਾਂਗੇ ਜਿੰਮ ਬਾਰੇ ਵੀ ਥੋੜ੍ਹੀ ਜਿਹੀ ਅਤੇ ਬਾਕੀ ਆਪਾਂ ਗੱਲ ਕਰਦੇ ਹਾਂ ਜੇ ਦ੍ਰਿਸ਼ਟੀ ਬਾਰੇ ਅਤੇ ਨਾਲ ਇੱਕ ਤੁਹਾਡੇ ਲਈ ਸਰਪ੍ਰਾਈਜ਼ ਆ, ਉਹਦੇ ਬਾਰੇ ਵੀ ਗੱਲ ਕਰਦੇ ਹਾਂ ਅੱਜ ਆਪਾਂ। ਕਿ ਦ੍ਰਿਸ਼ਟੀ ਨੂੰ ਜਦੋਂ ਮੈਂ ਫਸਟ ਟਾਈਮ ਮਿਲਿਆ ਅਤੇ ਬਹੁਤ ਸਾਰੇ ਲੋਕ ਵੀ ਕਮੈਂਟ ਕਰ ਰਹੇ ਆ ਕਿ ਦ੍ਰਿਸ਼ਟੀ ਦੀ ਏਜ਼, ਦ੍ਰਿਸ਼ਟੀ ਦੀ ਹਾਈਟ। ਠੀਕ ਹੈ, ਅਤੇ ਮੈਂ ਦ੍ਰਿਸ਼ਟੀ ਨੂੰ ਲਾਈਕ ਕਿਉਂ ਕਰਦਾ ਮੈਂ ਵਾਈ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਸਾਰੇ ਬੰਦੇ ਨੂੰ ਕੁਛ ਨਹੀਂ ਕਰ ਸਕਦਾ, ਨਾ ਮੈਨੂੰ ਲੋਕਾਂ ਕੋਲ ਸਰਟੀਫਿਕੇਟ ਚਾਹੀਦੇ ਆ ਅਤੇ ਨਾ ਮੈਨੂੰ ਇਹਨਾਂ ਸਰਟੀਫਿਕੇਟਾਂ ਦੀ ਲੋੜ ਆ। ਨਾਲ ਇੱਕ ਗੱਲ ਹੋਰ ਮੈਂ ਦੱਸ ਦਿੰਦਾ ਕਿ ਜਿਸ ਜਿੰਮ 'ਚ ਮੈਂ ਜਾ ਰਿਹਾ ਵਾਂ, ਮੈਂ ਬੜੇ ਜਿੰਮ ਦੇਖੇ ਆ ਇੰਡੀਆ 'ਚ ਵੀ, ਦੁਬਈ 'ਚ ਵੀ, ਪਰ ਇਹ ਜਿੰਮ 'ਚ ਕੁਛ ਖਾਸ ਆ। ਅੱਜ ਮੈਂ ਤੁਹਾਨੂੰ ਦੱਸਾਂਗਾ ਖਾਸ ਕੀ ਆ। ਠੀਕ ਹੈ ਜੀ, ਇਹ ਹੈ ਜੀ ਅਲ ਗੁਰੇਰ ਸੈਂਟਰ, ਅਲਰਿਗਾ, ਨੇੜੇ, ਨੀਅਰ ਟੂ ਯੂਨੀਅਨ ਮੈਟਰੋ ਸਟੇਸ਼ਨ। ਇਹਦੇ ਅੰਦਰ ਆਪਣਾ ਜਿੰਮ ਆ, ਅੱਜ ਤੁਹਾਨੂੰ ਜਿੰਮ ਦੀ ਵਿਜਿਟ ਕਰਾਉਂਦਾ ਮੈਂ। ਬਾਕੀ ਮੈਂ ਦੱਸ ਦਿੰਦਾ ਕਿ ਮੇਰੀ ਇਹ ਸੋਚ ਆ ਕਿ ਮੈਂ ਲੋਕਾਂ ਨੂੰ ਖੁਸ਼ ਨਹੀਂ ਕਰ ਸਕਦਾ ਅਤੇ ਨਾ ਮੈਨੂੰ ਕਿਸੇ ਲੋਕਾਂ ਦੇ ਸਰਟੀਫਿਕੇਟਾਂ ਦੀ ਲੋੜ ਆ ਕਿ ਮੈਂ ਚੰਗਾ ਜਾਂ ਮੈਂ ਮਾੜਾ। ਬਾਕੀ ਅੱਜ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਮੈਂ ਪਹਿਲੀ ਵਾਰੀ ਮਿਲਿਆ ਸੀ ਦ੍ਰਿਸ਼ਟੀ ਨੂੰ, ਉਹਦਾ ਰਿਐਕਸ਼ਨ ਕੀ ਸੀਗਾ ਅਤੇ ਮੈਂ ਉਹਨੂੰ ਐਕਸੈਪਟ ਕਿਉਂ ਕੀਤਾ, ਅਤੇ ਦੂਸਰੀ ਗੱਲ ਆ ਕਿ ਵਾਈ ਆਈ ਰਿਸਪੈਕਟ ਵੂਮੈਨ। ਪਹਿਲੀ ਗੱਲ ਮੈਂ ਦੱਸ ਦਿੰਦਾ ਕਿ ਮੇਰੀ ਜਿਹੜੀ ਮਦਰ ਸੀ, ਮੈਂ ਜਦੋਂ ਛੋਟਾ ਸੀ ਮੈਂ ਉਹਨਾਂ ਨੂੰ ਬੜਾ ਦੇਖਿਆ,
उन्होंने बहुत सर्वाइव किया अपनी फैमिली च, उन्होंने भी बड़े उतार चढ़ा देखे। तो मेरे फादर साहब थोड़े कर जाते थे, ठीक है। उस तो बाद जो आप बड़े हुए आप लगा कि नहीं यार बंदे जो पावर है ना, जे मैं चाहना मैं अपने आप जिम बॉय कहना जा मैं कहना कि मेरे बड़ी पावर है, तो वूमेन दी नहीं हैगी, एक माड़े बंदे दी दिखाली नहीं हैगी, ठीक है ना। रिस्पैक्ट होगा कि तुम अपने नीवेयर तो प्यार करो, बच्चों प्यार करो, फिर तुम्हें पता लगता कि तुम्हारे अंदर मैदा किन्ना वा, तुम किन्ने स्ट्रोंग हो, ठीक है ना। माड़े बंदे तो हर कोई जोर दिखा देता। तो बाकी दूजी गल है कि दृष्टि जो मैं पहली बारी इन्हें गल करी सी दृष्टि नाल, तो मैं बड़ा नर्वस सीगा, मैं बड़ा डर लग रहा सीगा, पर मैं दृष्टि ने इन्ना प्यार दिता मैं फस्ट टाइम जो इन्हें कहा पापा, मैं तो बड़ा शाय होया मैं तो बड़ी वो शर्म जी आई कि यार इस तरह लग रहा है, अजीब जहा लग रहा है। तो पर हूँ तो मैं हैबिट हो गई, हूँ तो मैं आदि हो गया हूँ इन्होंने चीज़ों का। पर मैं दस दिना कि मेरे घर जो मेरी भैन आई सी अशमीत, तो मैं लाइक नहीं करता, मैं जमा लाइक नहीं करता, क्योंकि असं एडे वे तो शमीत बड़ी छोटी जी सी, तो मैं ना चकता सगा ना मैं कुछ नहीं। पर एक दिन की होया कि अशमीत रो रही सी, मेरी मम्मी घर नहीं सी, तो मेरी दादी दे कोल सी अशमीत, बहुत रो रही थी, बहुत ज़्यादा रो रही, एक दो घंटे तो लगातार रो रही थी। तो मेरी दादी को मैं गया, तो मेरी दादी कहती चुप करा दे, मैं कहा मैं नहीं चुप चुप कराना ना मैं चकना, पर मेरी दादी कहती नहीं चक पैना पैना तेरी पैना। तो मैं ना अशमीत को चक लिया, तो जो मेरे गल लगी ना वो रूप चुप कर गई मेरे नाल लगी, मैं जो फील आया ना मैं दस ही नहीं सकता तुम। उस दिन जावे अज दा आवे उन्हें मेरा प्रोपरली प्रोस्पेक्ट चेंज कर दिता वा, तो मेरे दिल च इन्ने बच्चे लिए प्यार आ, इन्ना ज़्यादा प्यार आ। आप हो गए एंटर, प्यार जिहड़ा दस्या नहीं जा सकता कोई किसी नूं किन्ना करदा, पर ट्राई किया जा सकता। मैं जो पहली बार दृष्टि नूं मिलिया, दृष्टि ने मैनू हक किया, इन्ना खुश हुई, इन्ना ज़्यादा खुश हुई, उस तो जिहड़ी मैनू खुशी मिली। आ बेचारी ना इत्थे बैठी रहिंदी है, कोई काम नहीं हैगा बेचारी नूं, ना कोई पानी पुछदा, पर मैनू जरूर मिलती है, मैं जरूर इन्हू हैलो हाई करके निकलता बेचारी इतों, ताकि उन्हें फील हो कि कोई तो है। बाकी मैं तुहानू कितना एक्सप्लेन करा कितना दसा, मैं तो यही गल कहना कि जिहड़े बच्चे होंदे ना ये बहुत सॉफ्ट हार्टड होंगे, इन्होंने बेचारियों के दिलों कुछ नहीं होंगे, बहुत प्यार मंगते हैं, तो जे इन्होंने प्यार किया जाए तो अगे उन्ना ही प्यार वापस मिलता। मेरी सिस्टर आ मेरे नाल ही रहना,
ये अपना जिम आ गया मेट्रोफिट, ये मेरा जिम है। थोड़ा लेट हो गया मैं वैसे, पर नहीं कोई गल नहीं, आप कवर कर लाँगे क्योंकि मेरी एक्सरसाइज थोड़ी जी लंबी चल जाती है, 4-4.5 घंटे रहने में कोई गल नहीं। अपना तो ऑफ आ, वर्कआउट करांगे अज दबा के, कल आप ब्रेक ली सी, कल रेस्ट डे सीगा, तो अज आप आए हैं, अज कड़ांगे धूड़, अज हैवी मेरा चेस्ट डे आ, थोड़ा हैवी चेस्ट मारांगे अज। अपना हो गया जी एंट्रेंस, आ गया जी एंट्रेंस, अपना लाना पैना पासवर्ड फिर खुल जाएगा। मैं बहुत सारे जिम च गया पर आ एक चीज़ है बड़ी यूनीक है, इस साइड के उपर ते रैप आते हैं, जिम्मे तुम रैप ला रहे हो जैसे तुम फॉरगेट हो जाओ तो रैप काउंट करेगा, तो ये साइड टाइम चल रहा। मैं फर्स्ट टाइम देखा बहुत सारे जिम च गया पर इस टाइम मशीन नहीं मिली, तो आप एक मेरा दोस्त आ इस सैट लाएगा फिर आप रैप काउंट कर दिया सारे कहीं स्टार। पर हाउस फीलिंग ग्रेट, वाओ। सो ये मशीन है ट्राइसेप वास्ते, मशीन तो सारे ने देखी होगी पर आ वाली चीज़ नहीं देखी होगी, मैं भी देखे सरप्राइज हो गया सी, वाओ।
ਲੋ ਜੀ ਵਰਕਆਊਟ ਆਪਾਂ ਆਲਮੋਸਟ ਕਰ ਲਿਆ ਵਾ ਮੈਂ ਆ ਗਿਆ ਸੀ 9:30 ਵਜੇ ਆ ਗਿਆ ਸੀ ਜੀ ਅਤੇ ਟਾਈਮ ਇਸ ਸਮੇਂ ਹੋ ਗਿਆ ਜੀ 2:36 36 ਥੋੜ੍ਹਾ ਜ਼ਿਆਦਾ ਹੀ ਹੋ ਗਿਆ 40 ਦੇ ਲੱਗ ਗਏ ਹੋ ਗਿਆ ਆਪਾਂ ਜਾ ਰਹੇ ਹਾਂ ਘਰ ज़्यादा लंबा वर्कआउट हो गया रनिंग क्या करिए छुट्टी सी अज मेरी तो कल मॉर्निंग तो सोचा कि चलो लंबा वर्कआउट मार लीजिए इतने बच्चे कराटे सिखाते हैं छोटे छोटे बच्चों जुडो कराटे जी अपना फूड कोर्ट ठीक है जी ये अपना जिम वाला पाऊगा भाई अपने नाल ही होंगे जिम वाले आओ ब्रो एंजॉय नो वर्क नथिंग जस्ट सिटिंग यार